ਸ਼ਹੀਦਾਂ ਦਾ ਰਸਤਾ। ਓਏ ਪਤਾ ਇਹ ਚੱਲਿਆ ਨਮਾਜ਼ੀ ਆਪਣੀ ਨਮਾਜ਼ ਅੰਦਰ ਅੱਲਾ ਅੱਗੇ ਦੁਆ ਕਰ ਰਿਹਾ ਮੈਨੂੰ ਉਸ ਰਸਤੇ ਤੇ ਚਲਾ ਜਿਹੜਾ ਸਦੀਕ ਦਾ ਰਸਤਾ ਹੈ, ਉਮਰ ਦਾ ਰਸਤਾ ਹੈ, ਉਸਮਾਨ ਦਾ ਰਸਤਾ ਹੈ, ਹੈਦਰ ਕਰਾਰ ਦਾ ਰਸਤਾ ਹੈ। ਇਹ ਅਜ਼ਮਤ ਸਿਹਾਬਾ ਦਾ ਮੌਜੂ ਹੈ। ਤਵੱਜੋ ਫਰਮਾਣਾ, ਜਿਸ ਤਰ੍ਹਾਂ ਨਮਾਜ਼ ਅਜ਼ੀਮ ਤਰੀਨ ਫਰੀਜ਼ਾ ਫਰਜ਼ ਹੈ ਔਰ ਇਬਾਦਤ ਹੈ, ਇਸ ਅਜ਼ੀਮ ਫਰੀਜ਼ੇ ਦੇ ਅੰਦਰ ਸਿਹਾਬਾ ਦਾ ਰਸਤਾ ਅੱਲਾ ਨੇ ਰੱਖ ਦਿੱਤਾ ਹੈ ਕਿ ਮੇਰੇ ਕੋਲੋਂ ਅਬੂ ਬਕਰ ਦਾ ਰਸਤਾ ਮੰਗੋ, ਮੇਰੇ ਕੋਲੋਂ ਉਮਰ ਦਾ ਰਸਤਾ ਮੰਗੋ ਔਰ ਉਸਮਾਨ ਤੇ ਹੈਦਰ ਕਰਾਰ ਦਾ ਰਸਤਾ ਮੰਗੋ। ਤਵੱਜੋ ਫਰਮਾਓ ਮੇਰੇ ਵੀਰੋ, ਅੱਲਾ ਰੱਬੁਲ ਆਲਮੀਨ ਫਰਮਾਉਂਦੇ ਨੇ ਜ਼ਾਲਿਕਲ ਜ਼ਾਲਿਕਲ ਫਜ਼ਲੁਮ ਮਿਨ ਅੱਲਾਹ ਵਕਫਾ ਬਿੱਲਾਹਿ ਅਲੀਮਾ। ਫਰਮਾਇਆ ਜਿਨ੍ਹਾਂ ਨੂੰ ਇਹਨਾਂ ਦਾ ਰਸਤਾ ਮਿਲ ਗਿਆ, ਨਬੀਆਂ ਵਾਲਾ ਰਸਤਾ, ਸਦੀਕਾਂ ਵਾਲਾ ਰਸਤਾ, ਸ਼ਹੀਦਾਂ ਵਾਲਾ ਰਸਤਾ, ਸਵਾਲਹੀਨ ਵਾਲਾ ਰਸਤਾ, ਇੰਝ ਸਮਝੋ ਮੁਹੰਮਦ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਵਾਲਾ ਰਸਤਾ, ਅਬੂ ਬਕਰ ਸਦੀਕ ਵਾਲਾ ਰਸਤਾ, ਪਿਆਰੇ ਉਮਰ ਫਾਰੂਕ ਵਾਲਾ ਰਸਤਾ, ਮੇਰੇ ਉਸਮਾਨ ਜ਼ੁਨੋ ਰਹਿਣ ਵਾਲਾ ਰਸਤਾ, ਹੈਦਰ ਕਰਾਰ ਵਾਲਾ ਰਸਤਾ, ਸਿਹਾਬਾ ਵਾਲਾ ਰਸਤਾ, ਸਵਾਲਹੀਨ ਵਾਲਾ ਰਸਤਾ, ਜਿਨ੍ਹਾਂ ਨੂੰ ਅੱਲਾ ਨੇ ਅਤਾ ਕਰ ਦਿੱਤਾ। ਅੱਲਾ ਫਰਮਾਉਂਦੇ ਨੇ ਜ਼ਾਲਿਕਲ ਫਜ਼ਲੁ ਮਿਨ ਅੱਲਾ, ਇਹ ਮੈਂ ਅੱਲਾ ਦੀ ਤਰਫੋਂ ਬਹੁਤ ਬੜਾ ਫਜ਼ਲ ਹੈ, ਇਹ ਅੱਲਾ ਦਾ ਫਜ਼ਲ ਹੈ। ਵਕਫਾ ਬਿੱਲਾਹਿ ਅਲੀਮਾ, ਅੱਲਾ ਕੋਲ ਬੜਾ ਇਲਮ ਹੈ, ਅੱਲਾ ਕਾਫੀ ਇਲਮ ਵਾਲਾ ਹੈ, ਮੇਰੇ ਅੱਲਾ ਕੋਲ ਬੜੇ ਇਲਮ ਨੇ। ਮੇਰੇ ਵੀਰ ਤੋਂ ਜੋ ਫਰਮਾਣਾ ਪਿਆਰੇ ਪੈਗੰਬਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਸਿਹਾਬਾ, ਅੱਲਾ ਰੱਬੁਲ ਆਲਮੀਨ ਨੇ ਕੁਰਾਨੇ ਪਾਕ ਦੇ ਅੰਦਰ ਇਹਨਾਂ ਦਾ ਸ਼ਾਨ ਕਿੰਜ ਬਿਆਨ ਕੀਤਾ ਹੈ। ਕਿਤੇ ਅੱਲਾ ਫਰਮਾਉਂਦੇ ਨੇ ਰਜ਼ੀ ਅੱਲਾਹੁ ਅਨਹੁਮ ਵਰਜ਼ੂ ਅਨ ਉਲਾਇਕਾ ਹਿਜ਼ਬੁੱਲਾ ਅਲਾ ਇਨਾ ਹਿਜ਼ਬੁੱਲਾਹਿ ਹੁਮੁਲ ਮੁਫਲਿਹੂਨ। ਫਿਰ ਕਹਿ ਦਿਓ ਸੁਬਹਾਨ ਅੱਲਾ। ਮੇਰੇ ਵੀਰੋ ਤਵੱਜੋ ਫਰਮਾਣਾ, ਉਹ ਮੇਰੇ ਭਾਈਓ ਕੁਰਾਨ ਦੇ ਲਫਜ਼ਾਂ ਦੇ ਤਵੱਜੋ ਫਰਮਾਇਆ ਜੇ, ਵਾਹ ਕੁਰਾਨ ਮੈਂ ਤੇਰੀ ਤਸੀਰ ਦੇ ਕੁਰਬਾਨ ਹੋ ਜਾਵਾਂ, ਤੂੰ ਸਿਹਾਬਾ ਦੀ ਅਜ਼ਮਤ ਦੇ ਝੰਡੇ ਕਿੰਜ ਲਹਿਰਾਏ ਨੇ। ਫਰਮਾਇਆ ਰਜ਼ੀ ਅੱਲਾਹੁ ਅਨਹੁਮ ਵਰਜ਼ੂਅਨ। ਸੂਰਹ ਮੁਜਾਦਲਾ ਪੜ੍ਹ ਕੇ ਵੇਖ ਲੈਣ ਜਾਂ ਫਿਰ ਗਿਆਰਵਾਂ ਸਪਾਰਾ ਪੜ੍ਹ ਕੇ ਵੇਖ ਲੈਣ, ਪਹਿਲਾਂ ਹੀ ਵਰਕਾ ਹੈ। ਅੱਲਾ ਫਰਮਾਉਂਦੇ ਵਸਾਬਿਕੂਨ ਵਸਾਬਿਕੂਨ ਅਲ ਅਵਲੂਨ ਮਿਨ ਅਲ ਮੁਹਾਜਿਰੀਨ ਵਲ ਅਨਸਾਰ ਵੱਲਜ਼ੀਨ ਤਬਾਉਹੁਮ ਬਿਇਹਸਾਨ ਰਜ਼ੀ ਅੱਲਾਹੁ ਅਨਹੁਮ ਵਰਜ਼ੂਅਨ ਵਅੱਅਦਾ ਲਹੁਮ ਜੰਨਾਤ ਤਜਰੀਨ ਤਹਤਹਲ ਅਨਹਾਰੁਨ ਖਾਲਿਦੀਨ ਫੀਹਾ ਖਾਲਿਦੀਨ ਫੀਹਾ ਅਬਦਾ ਜ਼ਾਲਿਕਲ ਫੌਜ਼ੁਲ ਅਜ਼ੀਮ। ਇੱਥੇ ਫਰਮਾਇਆ ਜ਼ਾਲਿਕਲ ਫਜ਼ਲੁ ਮਿਨ ਅੱਲਾ, ਜਿਹਨੂੰ ਮੇਰੇ ਸਦੀਕ ਵਾਲਾ ਰਸਤਾ ਮਿਲ ਗਿਆ, ਜਿਹੜਾ ਮੇਰੇ ਉਮਰ ਦੇ ਰਸਤੇ 'ਤੇ ਆ ਗਿਆ, ਜਿਹੜਾ ਮੇਰੇ ਪਿਆਰੇ ਉਸਮਾਨ ਦੇ ਰਸਤੇ 'ਤੇ ਆ ਗਿਆ, ਅਲੀ ਉਲ ਮੁਰਤਜ਼ਾ ਸ਼ੇਰੇ ਖੁਦਾ ਅਸਦੁੱਲਾ ਹੈਦਰ ਕਰਾਰ ਦੇ ਰਸਤੇ 'ਤੇ ਆ ਗਿਆ, ਰਜ਼ੀ ਅੱਲਾਹੁ ਤਾਲਾ ਅਨਹੁਮ ਦੇ ਰਸਤੇ 'ਤੇ ਆ ਗਿਆ। ਫਰਮਾਇਆ ਜ਼ਾਲਿਕਲ ਫਜ਼ਲੁ ਮਿਨ ਅੱਲਾ, ਇਹ ਅੱਲਾ ਦਾ ਬਹੁਤ ਬੜਾ ਫਜ਼ਲ ਹੋ ਗਿਆ। ਇੱਥੇ ਫਰਮਾਇਆ ਜ਼ਾਲਿਕਲ ਫੌਜ਼ੁਲ ਅਜ਼ੀਮ।
ਸਹਾਬਾ ਵੀ ਕਾਮਯਾਬ ਨੇ, ਸਹਾਬੀਆਂ ਦੇ ਤਾਬੇਦਾਰ ਵੀ ਕਾਮਯਾਬ ਨੇ। ਮੇਰੇ ਵੀ ਤਵੱਜੋ ਫਰਮਾਣਾ, ਅੱਲਾਹੁ ਅਕਬਰ ਅੱਲਾਹ। ਮੈਂ ਕੁਰਾਨ ਦੀਆਂ ਤਾਂ ਪੜ੍ਹ ਪੜ੍ਹ ਕੇ ਸਹਾਬਾ ਦੀ ਅਜ਼ਮਤ ਬਿਆਨ ਕਰਨਾ ਚਾਹੁੰਦਾ। ਮੇਰੇ ਵੀਰੋ ਤਵੱਜੋ ਫਰਮਾਣਾ, ਅੱਲਾਹ ਫਰਮਾਉਂਦੇ ਨੇ ਰਜ਼ੀ ਅੱਲਾਹੁ ਅਨਹੁਮ ਵਰਜ਼ੂ ਅਨ, ਅੱਲਾਹ ਫਰਮਾਉਂਦੇ ਨੇ ਸੋਹਣਿਆ ਮੈਂ ਤੇਰੇ ਯਾਰਾਂ ਤੇ ਰਾਜ਼ੀ, ਇਹ ਮੇਰੇ ਤੇ ਰਾਜ਼ੀ। ਮੀਆਂ ਮੁਹੰਮਦ ਬਾਕਰ ਕਹਿ ਦਿਓ ਰਹਿਮਤੁੱਲਾ ਅਲੈਹ, ਅੱਲਾ ਦੇ ਵਲੀ ਗੁਜ਼ਰੇ ਨੇ, ਇੱਕ ਦਿਨ ਮਸਜਿਦ ਦੇ ਅੰਦਰ ਬੈਠੇ ਹੋਏ ਨੇ, ਨਮਾਜ਼ ਪੜ੍ਹ ਕੇ ਫਾਰਗ ਹੋਏ ਨੇ, ਇਸ ਤਰ੍ਹਾਂ ਦੁਆ ਵਾਲੇ ਹੱਥ ਚੁੱਕੇ ਨੇ, ਅਤੇ ਮੀਆਂ ਮੁਹੰਮਦ ਬਾਕਰ ਰਹਿਮਤੁੱਲਾ ਅਲੈਹ ਕੀ ਕਹਿੰਦੇ ਨੇ, ਅੱਲਾ ਮੇਰੇ ਤੇ ਰਾਜ਼ੀ ਹੋ ਜਾ, ਅੱਲਾ ਮੇਰੇ ਤੇ ਰਾਜ਼ੀ ਹੋ ਜਾ। ਤੁਸੀਂ ਵੀ ਕਹਿ ਦਿਓ ਅੱਲਾ ਸਾਡੇ ਤੇ ਰਾਜ਼ੀ ਹੋ ਜਾ। ਦੁਆ ਕਰ ਰਹੇ ਨੇ, ਅੱਲਾ ਮੇਰੇ ਮਾਲਿਕ ਮੇਰੇ ਤੇ ਰਾਜ਼ੀ ਹੋ ਜਾ, ਮੇਰੇ ਖਾਲਕ ਮੇਰੇ ਤੇ ਰਾਜ਼ੀ ਹੋ ਜਾ, ਮੇਰੇ ਅੱਲਾ ਬਾਕਰ ਤੇ ਰਾਜ਼ੀ ਹੋ ਜਾ, ਅੱਲਾ ਬਾਕਰ ਤੇ ਰਾਜ਼ੀ ਹੋ ਜਾ। ਇੱਕ ਨਮਾਜ਼ੀ ਇਹ ਜੁਮਲੇ ਸੁਣ ਰਿਹਾ ਸੀ, ਇਹ ਨਮਾਜ਼ੀ ਕਹਿੰਦਾ ਹੈ ਅੱਧਾ ਪੌਣਾ ਘੰਟਾ ਗੁਜ਼ਰ ਜਾਂਦਾ ਹੈ, ਮੀਆਂ ਮੁਹੰਮਦ ਬਾਕਰ ਰਹਿਮਤੁੱਲਾ ਅਲੈਹ ਇਹੋ ਹੀ ਦੁਆ ਕੀਤੀ ਜਾ ਰਹੇ ਨੇ, ਨਾਲੇ ਰੋਈ ਜਾ ਰਹੇ ਨੇ, ਅੱਲਾ ਤੂੰ ਬਾਕਰ ਤੇ ਰਾਜ਼ੀ ਹੋ ਜਾ, ਅੱਲਾ ਬਾਕਰ ਤੇ ਰਾਜ਼ੀ ਹੋ ਜਾ, ਅੱਲਾ ਮੇਰੇ ਤੇ ਰਾਜ਼ੀ ਹੋ ਜਾ। ਇਹ ਨਮਾਜ਼ੀ ਕਹਿੰਦਾ ਹੈ ਮੀਆਂ ਜੀ ਪੌਣਾ ਘੰਟਾ ਹੋਣ ਵਾਲਾ ਹੈ, ਤੁਸੀਂ ਕਈ ਦੁਆ ਕਰਦੇ ਪਏ ਹੋ, ਅੱਲਾ ਮੇਰੇ ਤੇ ਰਾਜ਼ੀ ਹੋ ਜਾ। ਤੇ ਮੀਆਂ ਸਾਹਿਬ ਕੀ ਫਰਮਾਉਂਦੇ ਨੇ, ਉਹ ਮੇਰੇ ਵੀਰ ਸੁਣ ਲਾ, ਜੇ ਮੈਂ ਸਾਰੀ ਜ਼ਿੰਦਗੀ ਇਹ ਕਹਿੰਦਾ ਰਵਾਂ ਅੱਲਾ ਮੇਰੇ ਤੇ ਰਾਜ਼ੀ ਹੋ ਜਾ, ਅੱਲਾ ਮੇਰੇ ਤੇ ਰਾਜ਼ੀ ਹੋ ਜਾ, ਮੈਂ ਸਾਰੀ ਜ਼ਿੰਦਗੀ ਇਹੋ ਦੁਆ ਕਰਦਾ ਰਵਾਂ, ਤੇ ਜੇ ਮੇਰਾ ਅੱਲਾ ਇੱਕ ਬਾਰ ਹੀ ਕਹਿ ਦੇ ਬਾਕਰ ਮੈਂ ਤੇਰੇ ਤੇ ਰਾਜ਼ੀ ਹੋ ਗਿਆ, ਤੇ ਬੇੜਾ ਪਾਰ ਹੋ ਗਿਆ। ਜੇ ਅੱਲਾ ਨੇ ਇੱਕ ਵਾਰ ਵੀ ਕਹਿ ਦਿੱਤਾ ਬਾਕਰ ਮੈਂ ਤੇਰੇ ਤੇ ਰਾਜ਼ੀ, ਅੱਲਾਹੁ ਅਕਬਰ। ਅੱਲਾ ਅੱਜ ਹਾਜੀ ਹੱਜ ਕਰਦਾ ਹੈ ਤਾਂ ਕਿ ਅੱਲਾ ਰਾਜ਼ੀ ਹੋ ਜਾਏ, ਨਮਾਜ਼ੀ ਨਮਾਜ਼ਾਂ ਪੜ੍ਹਦਾ ਹੈ ਅੱਲਾ ਰਾਜ਼ੀ ਹੋ ਜਾਏ, ਤਹੱਜਦ ਗੁਜ਼ਾਰ ਤਹੱਜਦ ਪੜ੍ਹਦਾ ਹੈ ਤਾਂ ਕਿ ਮੇਰੇ ਤੇ ਮੇਰਾ ਰੱਬ ਰਾਜ਼ੀ ਹੋ ਜਾਏ, ਸਖੀ ਸਖਾਵਤ ਕਰਦਾ ਹੈ ਤਾਂ ਕਿ ਮੇਰੇ ਤੇ ਮੇਰਾ ਰੱਬ ਰਾਜ਼ੀ ਹੋ ਜਾਏ, ਕੋਈ ਮਸਜਿਦ ਤਮੀਰ ਕਰਦਾ ਹੈ ਤਾਂ ਕਿ ਮੇਰੇ ਤੇ ਮੇਰਾ ਰੱਬ ਰਾਜ਼ੀ ਹੋ ਜਾਏ, ਕੋਈ ਯਤੀਮਾਂ ਦਾ ਖਾਣਾ ਪਕਾਉਂਦਾ ਹੈ ਤਾਂ ਕਿ ਮੇਰੇ ਤੇ ਮੇਰਾ ਰੱਬ ਰਾਜ਼ੀ ਹੋ ਜਾਏ, ਕੋਈ ਬੇਵਾ ਔਰਤਾਂ ਦੀ ਖਿਦਮਤ ਕਰਦਾ ਹੈ ਤਾਂ ਕਿ ਮੇਰੇ ਤੇ ਮੇਰਾ ਰੱਬ ਰਾਜ਼ੀ ਹੋ ਜਾਏ। ਸਹਾਬਾ ਦੀਆਂ ਹਸਤੀਆਂ ਕਿੰਨੀਆਂ ਅਜ਼ਮਤ ਵਾਲੀਆਂ ਨੇ, ਅੱਲਾ ਫਰਮਾਉਂਦੇ ਨੇ ਰਜ਼ੀ ਅੱਲਾਹ ਅਨਹੁਮ, ਸੁਣਿਆ ਮੈਂ ਤੇਰੇ ਸਹਾਬੀਆਂ ਤੇ ਰਾਜ਼ੀ। ਹਰ ਬੰਦਾ ਚਾਹੁੰਦਾ ਹੈ, ਹਰ ਮੂਮਨ ਚਾਹੁੰਦਾ ਹੈ, ਮੁਸਲਮਾਨ ਚਾਹੁੰਦਾ ਹੈ ਮੇਰੇ ਤੇ ਮੇਰਾ ਰੱਬ ਰਾਜ਼ੀ ਹੋ ਜਾਏ, ਪਰ ਸਹਾਬਾ ਦੀ ਕਿਸਮਤ ਦੀ ਕਿਆ ਬਾਤ ਹੈ। ਅੱਲਾ ਕਹਿੰਦਾ ਹੈ ਰਜ਼ੀ ਅੱਲਾਹ ਅਨਹੁਮ ਵਰਜ਼ੂ ਅਨ, ਸੋਹਣਿਆ ਆਪਣੀ ਨਬੂਵਤ ਵਾਲੀ ਜ਼ੁਬਾਨ ਦੇ ਨਾਲ, ਆਪਣੀ ਮਿੱਠੀ ਜ਼ੁਬਾਨ ਦੇ ਨਾਲ, ਆਪਣੀ ਸੱਚੀ ਜ਼ੁਬਾਨ ਦੇ ਨਾਲ, ਆਪਣੀ ਸੁੱਚੀ ਜ਼ੁਬਾਨ ਦੇ ਨਾਲ ਫਰਮਾ ਦਿਓ ਰਜ਼ੀ ਅੱਲਾਹ ਅਨਹੁਮ ਵਰਜ਼ੂ ਅਨ। ਅੱਲਾ ਫਰਮਾਉਂਦੇ ਨੇ ਮੈਂ ਤੇਰੇ ਯਾਰਾਂ ਤੇ ਰਾਜ਼ੀ, ਇਹ ਮੇਰੇ ਤੇ ਰਾਜ਼ੀ। ਸਹਾਬੀ ਅੱਲਾ ਤੇ ਰਾਜ਼ੀ, ਅੱਲਾ ਸਹਾਬੀਆਂ ਤੇ ਰਾਜ਼ੀ। ਅੱਲਾਹੁ ਅਕਬਰ ਅੱਲਾ, ਅੱਲਾ ਕਿਉਂ ਨਾ ਰਾਜ਼ੀ ਹੋਏ, ਉਹ ਜਿੰਨਾ ਪਾਕ ਬਾਜ਼ ਹਸਤੀਆਂ ਤੇ ਮੇਰਾ ਮੁਹੰਮਦ ਰਾਜ਼ੀ ਸੱਲੱਲਾਹੁ ਸੱਲਮ, ਜਿੰਨਾ ਤੇ ਮੇਰਾ ਮਹਿਬੂਬ ਨਬੀ ਰਾਜ਼ੀ, ਅੱਲਾਹੁ ਅੱਲਾ ਉਹਨਾਂ ਤੇ ਮੇਰਾ ਰੱਬ ਵੀ ਰਾਜ਼ੀ ਹੈ। ਮੇਰੇ ਨਬੀ ਰਾਜ਼ੀ ਕਿਉਂ ਨਾ ਹੋਣ, ਮੇਰੇ ਵੀਰ ਤਵੱਜੋ ਫਰਮਾਣਾ, ਸ਼ਾਗਿਰਦੀ ਜਿਨ੍ਹਾਂ ਨੇ ਪਿਆਰੇ ਦੀ ਕੀਤੀ, ਉਮਰ ਸਾਰੀ ਅੰਦਰ ਨਜ਼ਾਰੇ ਦੇ ਬੀਤੀ। ਅੱਜ ਵੀ ਨਬੀ ਦੀ ਤਬਾਹ ਅੰਦਰ
ਜ਼ਿੰਦਗੀ ਤੂੰ ਗੁਜ਼ਾਰ, ਤੇਰੀ ਜ਼ਿੰਦਗੀ ਅੰਦਰ ਰੌਣਕਾਂ ਜਾਣਗੀਆਂ, ਬਹਾਰਾਂ ਜਾਣਗੀਆਂ। ਸ਼ਾਗਿਰਦੀ ਜਿਨ੍ਹਾਂ ਨੇ, ਸ਼ਾਗਿਰਦੀ ਜਿਨ੍ਹਾਂ ਨੇ ਪਿਆਰੇ ਦੀ ਕੀਤੀ ਉਮਰ ਸਾਰੀ ਅੰਦਰ, ਨਜ਼ਾਰੇ ਦੇ ਬੀਤੀ, ਨਜ਼ਾਰੇ ਤੇ ਬੀਤੀ।